ਕਿ ਸਟੀਲ ਹੋਰ ਸੈ ਮੈਨੂੰ ਨਾ ਇੱਧਰ ਜੋਗਾ ਰਹਿਣ ਦੇ ਤਾਂ ਨਾ ਉੱਧਰ ਜੋਗਾ ਰਹਿਣ ਦਿੱਤਾ ਡਾਕਟਰ ਸਾਹਿਬ ਮੈਨੂੰ ਕਹਿੰਦੇ ਕਿ ਪ੍ਰੋਬਲਮ ਬਹੁਤ ਵੱਧ ਗਈ ਆ ਸ਼ਾਇਦ ਤੂੰ ਇਨ ਫਿਊਚਰ ਫਾਦਰ ਨਾ ਬਣ ਸਕੇ ਮੈਂ ਆਪਣੇ ਕੁਝ ਫਰੈਂਡਸ ਦੇ ਨਾਲ ਇਹ ਗੱਲ ਸ਼ੇਅਰ ਕੀਤੀ ਉਹ ਮੇਰਾ ਮਜ਼ਾਕ ਬਣਾਉਣ ਲੱਗੇ ਮੈਨੂੰ ਕਿੰਨਰ ਕਿੰਨਰ ਕਾ ਕੇ ਬੁਲਾਉਣ ਲੱਗੇ ਕਹਿੰਦਾ ਜਦੋਂ ਵਿਆਹ ਹੋਊਗਾ ਨਾ ਮੈਂ ਹੈਗਾ ਟੈਨਸ਼ਨ ਨਾ ਲੈ ਈਵਨ ਮੇਰਾ ਕੋਚ ਤੱਕ ਮੇਰੇ ਤੇ ਹੱਸਣ ਲੱਗਾ ਸੀ ਉਦੋਂ ਮੈਨੂੰ ਬੜਾ ਫੀਲ ਹੋਇਆ ਮੈਂ ਕਿਹਾ ਯਾਰ ਕਿੱਥੇ ਫਸ ਗਿਆ ਮੈਂ ਬਾਥਰੂਮ ਵਿੱਚ ਟੈਪ ਚਲਾ ਕੇ ਰੋਣਾ ਉਚੀ ਚੀ ਕਿ ਕਿਸ ਨੂੰ ਪਤਾ ਨਾ ਚੱਲੇ ਮੈਂ ਗੁੱਟਨੇ ਟੇਕੇ ਗੁੱਟਨਿਆਂ 'ਪਾ ਲਾਇਆ ਮੈਂ ਮੈਂ ਹੱਥ ਉਠਾਏ ਉੱਪਰ ਮੈਂ ਕਹਾ ਖੁਦਾ ਅਗਰ ਤੂੰ ਹੈਗਾ ਤੇ ਬਚਾਲਾ ਮੈਂ ਹਿੰਮਤ ਹਾਰ ਗਿਆ ਆਂ ਅੱਪਾ ਸੋਸ਼ਲ ਮੀਡੀਆ ਦੇ ਉੱਪਰ ਬੋਡੀ ਬਿਲਡਰਸ ਦੀਆਂ ਫੋਟੋਆਂ ਦੇਖਦੇ ਆਂ ਮਾਡਲਸ ਦੀਆਂ ਫੋਟੋਆਂ ਦੇਖਦੇ ਆਂ ਔਰ ਅੱਪਾ ਕਿਤਨਾ ਕਿਤੇ ਇੱਕ ਡ੍ਰੀਮ ਸੈੱਟ ਕਰ ਲੈਂਦੇ ਆ ਕਿ ਸਾਨੂੰ ਵੀ ਇੱਦਾਂ ਦੀ ਬਾਡੀ ਚਾਹੀਦੀ ਆ ਜਦੋਂ ਪਾਉਂਦੇ ਆਂ ਕਿ ਫੈਨ ਫਾਲੋਇੰਗ ਨੂੰ ਦੇਖਦੇ ਆਂ ਉਹਨਾਂ ਦੇ ਸਪੋਰਟਰਸ ਨੂੰ ਦੇਖਦੇ ਆ ਉਹਨਾਂ ਦੀ ਪਰਸਨੈਲਿਟੀ ਨੂੰ ਦੇਖਦੇ ਆ ਤੇ ਇਹ ਚੀਜ਼ ਯੂਥ ਨੂੰ ਬਹੁਤ ਜ਼ਿਆਦਾ ਅਟਰੈਕਟ ਕਰਦੀ ਆ ਫਿਰ ਯੂਥ ਕੀ ਕਰਦਾ ਆ ਜਿਮ ਜੁਆਇਨ ਕਰਦਾ ਆ ਟ੍ਰੇਨਰ ਨਾਲ ਗੱਲ ਕਰਦਾ ਆ 6 ਮਹੀਨੇ ਸਾਲ ਬਹੁਤ ਮਿਹਨਤ ਲਗਾਉਂਦਾ ਆ ਦਿਲ ਦੇ ਨਾਲ ਪਰ ਉਹਨੂੰ ਰਿਜ਼ਲਟ ਨਹੀਂ ਮਿਲਦਾ ਜਿੱਦਾਂ ਦਾ ਉਹ ਚਾਹੁੰਦਾ ਆ ਫਿਰ ਕੀ ਹੁੰਦਾ ਆਪਣੇ ਕੋਚ ਨਾਲ ਗੱਲ ਕਰਦਾ ਹੈ ਕਿ ਸਰ ਮੈਂ ਮੈਨੂੰ 6 ਮਹੀਨੇ ਜਾਂ ਸਾਲ ਹੋ ਗਿਆ ਆ ਪਰ ਮੈਂ ਅੱਧਾ ਵੀ ਬਾਡੀ ਨਹੀਂ ਬਣਾ ਪਾਇਆ ਤੇ ਕੋਚ ਉਸਨੂੰ ਬੋਲਦਾ ਕਿ ਇਸ ਵਿੱਚ ਬਹੁਤ ਮਿਹਨਤ ਲੱਗਦੀ ਆ 10 ਸਾਲ 5 ਸਾਲ ਪਰ ਇੱਕ ਸ਼ਾਰਟਕਟ ਵੀ ਹੈ ਕਿ ਤੇਰੀ 2 ਮਹੀਨੇ ਦੇ ਵਿੱਚ ਬਣ ਜਾਏਗੀ 3 ਮਹੀਨੇ ਦੇ ਵਿੱਚ ਬਣ ਜਾਏਗੀ ਉਹ ਪੁੱਛਦਾ ਕੀ ਸ਼ਾਰਟਕਟ ਆ ਫਿਰ ਟ੍ਰੇਨਰ ਜਾਂ ਕੋਚ ਉਸਨੂੰ ਬੋਲਦਾ ਆ ਕਿ ਤੁਹਾਨੂੰ ਐਨਾਬੋਲਿਕ ਸਟੀਰੋਇਡਸ ਲੈਣੇ ਪੈਣੇ ਆ ਤੁਹਾਨੂੰ ਸਪਲੀਮੈਂਟਸ ਲੈਣੇ ਪੈਣੇ ਆ ਫਿਰ ਫਿਰ ਬੰਦੇ ਦੇ ਦਿਮਾਗ ਵਿੱਚ ਇੱਕ ਗੱਲ ਆਂਦੀ ਆ ਕਿ ਮੈਂ ਕਿਉਂ 10 ਸਾਲ ਮਿਹਨਤ ਕਰਾਂ ਇਹਦੇ ਨਾਲ ਚੰਗਾ ਤੇ ਮੈਂ ਸਾਲ 2 ਸਾਲ ਦੇ ਵਿੱਚ ਇਹ ਸਟੀਰੋਇਡਸ ਲੈ ਕੇ ਆਪਣੀ ਬਾਡੀ ਬਣਾ ਲੈਂਦਾ ਫਿਰ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਉਹ ਯੂਥ ਆਪਣੀ ਪੂਰੀ ਜਵਾਨੀ ਉਸ ਸਟੇਰਵਰਜ਼ ਦੇ ਚੱਕਰ ਦੇ ਵਿੱਚ ਰੋਲ ਦਿੰਦੇ ਆ ਮੈਂ ਤੁਹਾਡੇ ਨਾਲ ਇਹ ਗੱਲ ਕਿਉਂ ਸ਼ੇਅਰ ਕਰਦਾ ਪਿਆ ਹਾਂ ਕਿਉਂਕਿ ਮੈਂ ਖੁਦ ਇਸ ਦਲਦਲ ਦੇ ਵਿੱਚੋਂ ਨਿਕਲੇ ਆ ਮੇਰਾ ਨਾਮ ਸੰਜੀਵ ਝਾਮਟਾ ਔਰ ਮੇਰੀ ਏਜ 26 ਸਾਲ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਆ ਕਿ ਬਚਪਨ ਦੇ ਵਿੱਚ ਹਰ ਕਿਸੇ ਦਾ ਕੋਈ ਨਾ ਕੋਈ ਸੁਪਨਾ ਰਹਿੰਦਾ ਹੀ ਆ ਬਚਪਨ ਦੇ ਵਿੱਚ ਮੇਰੇ ਵੀ ਅੱਦਾ ਦੇ ਸੁਪਨੇ ਸੀਗੇ ਮੈਂ ਕ੍ਰਿਕਟਰ ਬਣਨਾ ਚਾਹੁੰਦਾ ਸੀਗਾ ਔਰ ਬਹੁਤ ਵਧੀਆ ਕ੍ਰਿਕਟ ਖੇਡਦਾ ਸੀ ਮੈਂ ਪਰ ਮੇਰੇ ਘਰ ਦੇ ਹਾਲਾਤ ਕੁਛ ਅੱਦਾ ਦੇ ਸਿਗੇ ਕਿ ਮੈਨੂੰ ਕ੍ਰਿਕਟ ਛੱਡਣੀ ਪਈ ਮੈਨੂੰ ਕੁਇਟ ਕਰਨਾ ਪਿਆ ਕਿਉਂਕਿ ਮੈਂ ਸੋਚਦਾ ਸੀ ਕਿ ਮੇਰੇ ਘਰ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਅੱਦਾ ਦੀ ਸੀਗੀ ਕਿ ਸਕੂਲ ਦੀ ਫੀਸ ਨਹੀਂ ਦੇ ਪਾਉਂਦੇ ਸੀਗੇ ਮਹੀਨਾ 2 ਮਹੀਨੇ 3 ਮਹੀਨੇ ਤੱਕ ਉਹ ਇਹ ਚੀਜ਼ ਮੈਂ ਆਬਜ਼ਰਵ ਕਰਦਾ ਸੀਗਾ ਉਹ ਜਦੋਂ ਮੈਂ ਚੀਜ਼ ਦੇਖਦਾ ਸੀ ਮੇਰੇ ਦਿਮਾਗ ਵਿੱਚ ਇਹੀ ਚੀਜ਼ ਆਈ ਕਿ ਮੇਰੇ ਪੇਰੈਂਟਸ ਇੰਨੀਆਂ ਮਹਿੰਗੀਆਂ ਕਿਡਸ ਜੋ ক্রিকেট ਕਿਟਸ ਹੁੰਦੀਆਂ ਬੈਟ ਆ ਉਹ ਨਹੀਂ ਲੈ ਕੇ ਦੇ ਸਕਦੇ ਜਿਸ ਕਰਕੇ ਮੈਨੂੰ ক্রিকেট ਨੂੰ ਛੱਡਣਾ ਪਿਆ ਫਿਰ ਕੀ ਹੋਇਆ ਕਿ 2010 ਦੇ ਵਿੱਚ ਮੈਂ ਆਪਣੀ ਫਿਜ਼ੀਕਲ ਸਟਰੈਂਥ ਵਧਾਉਣ ਦੇ ਲਈ ਆਪਣੀ ਫਿਟਨੈਸ ਇੰਪਰੂਵ ਕਰਨ ਦੇ ਲਈ ਜਿਮ ਜੁਆਇਨ ਕੀਤਾ ਜਿਮ ਦੇ ਵਿੱਚ ਮੈਂ ਹਮੇਸ਼ਾ ਨੋਟਿਸ ਕਰਦਾ ਸੀ ਕਿ ਬੋਡੀ ਬਿਲਡਰਸ ਆਉਂਦੇ ਸੀਗੇ ਰੈਸਲਰ ਆਉਂਦੇ ਸੀਗੇ ਔਰ ਉਹਨਾਂ ਨੂੰ ਬਾਕੀ ਮੈਂਬਰ ਬਹੁਤ ਰਿਸਪੈਕਟ ਦਿੰਦੇ ਸੀ ਔਰ ਉਹਨਾਂ ਦੀਆਂ ਬਾਡੀਜ਼ ਕੀ ਬੋਲਦਾ ਇੰਨੀ ਅਟਰੈਕਟਿਵ ਉਪਰੋ ਜੋ ਉਹਨਾਂ ਦਾ ਤੁਰੰਦਾ ਸਟਾਈਲ ਗੱਲ ਕਰਨ ਦਾ ਸਟਾਈਲ ਉਹ ਚੀਜ਼ ਨੇ ਮੈਨੂੰ ਪੂਰੀ ਤਰ੍ਹਾਂ ਅਟਰੈਕਟ ਕਰ ਦਿੱਤਾ ਮੈਨੂੰ ਦਿਲ ਵਿੱਚ ਆਇਆ ਕਿ ਯਾਰ ক্রিকেট ਤਾਂ ਚਲੋ ਛੱਡ ਦਿੱਤੀ ਮੈਂ ਵੀ ਹੁਣ ਅੱਦਾ ਦੀ ਬਾਡੀ ਬਣਾਣੀ ਆ ਮੈਂ ਆਪਣੇ ਕੋਚ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਬਾਡੀ ਬਿਲਡਿੰਗ ਕਰਨਾ ਚਾਹੁੰਦਾ ਹਾਂ ਉਹਨਾਂ ਨੇ ਮੈਨੂੰ ਕਿਹਾ ਕਿ ਬਾਡੀ ਬਿਲਡਿੰਗ ਕੋਈ ਆਸਾਨ ਗੇਮ ਨਹੀਂ ਹੈਗੀ ਇਹਦੇ ਵਿੱਚ ਬੜਾ ਫਾਈਨੈਂਸ਼ੀਅਲੀ ਕਾਲੋ ਕੀ ਤੁਹਾਡਾ ਬੜਾ ਫਾਈਨਾਂਸ ਲੱਗਦਾ ਆ ਡਾਈਟ ਦਾ ਦੇਖਣਾ ਹੁੰਦਾ ਆ ਸਪਲੀਮੈਂਟਸ ਦਾ ਦੇਖਣਾ ਹੁੰਦਾ ਆ ਫਿਰ ਤੁਹਾਨੂੰ ਪੂਰਾ ਟਾਈਮ ਦੇਣਾ ਪੈਂਦਾ ਆ ਪੂਰਾ ਫੋਕਸ ਕਰਨਾ ਪੈਂਦਾ ਆ ਉਹਨਾਂ ਨੇ ਕਿਹਾ ਕਿ ਤੇਰਾ ਮਹੀਨੇ ਦਾ ਖਰਚਾ ਘਟੋ ਘਟ 20 25000 ਆਉਣਾ ਕੀ ਤੂੰ ਅਫੋਰਡ ਕਰ ਲਵੇਂਗਾ ਉੱਥੇ ਥੋੜਾ ਜਿਹਾ ਮੇਰਾ ਦਿਲ ਟੁੱਟ ਗਿਆ ਮੈਂ ਕਹਿੰਦਾ ਤਾਂ ਬਹੁਤ ਮਹਿੰਗੀ ਗੇਮ ਆ ਮੈਂ ਕਿੱਦਾਂ ਅਫੋਰਡ ਕਰਾਂਗਾ ਮੇਰੇ ਫਾਦਰ ਸਾਹਿਬ ਲੇਬਰ ਜੌਬ ਕਰਦੇ ਆ ਉਹਦਾ ਬੜਾ ਔਖਾ ਹੋ ਜਾਣਾ ਤੇ ਮੈਂ ਘਰ ਗੱਲ ਕੀਤੀ ਮੈਂ ਕਿਹਾ ਮੈਂ ਬੋਡੀ ਬਿਲਡਿੰਗ ਕਰਨਾ ਚਾਹੁੰਦਾ ਆ ਤੇ ਘਰ ਦੇ ਕਹਿੰਦੇ ਠੀਕ ਆ ਕਾਲਾ ਸਪੋਰਟਸ ਆ ਜਦੋਂ ਮੈਂ ਉਹਨਾਂ ਨੂੰ ਖਰਚਾ ਦੱਸਿਆ ਉਹ ਕਹਿੰਦੇ ਨਹੀਂ ਕਹਿੰਦੇ ਤੂੰ ਤਾਂ ਪਹਿਲੇ ਪਤਾ ਕਿ ਸਾਡੇ ਕਿੱਦਾਂ ਦੇ ਹਾਲਾਤ ਚੱਲਦੇ ਪਏ ਆ ਤੂੰ ਆਪਣੀ ਖੁਰਾਕ ਕਿੱਥੋਂ ਪੂਰੀ ਕਰੂਗਾ ਮਤਲਬ ਤੂੰ ਪਾਸਟੂ ਕਲੀਅਰ ਕਰਨ ਵਾਲਾ ਆ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਣੇ ਆ ਤੇ ਕਿੱਦਾਂ ਸਾਰਾ ਕੁਝ ਆਪਾਂ ਮੈਨੇਜ ਕਰਾਂਗੇ ਤਾਂ ਮੈਂ ਥੋੜਾ ਜਿਹਾ ਇਸ ਤੋਂ ਪਿੱਛੇ ਹਟ ਗਿਆ ਮੈਂ ਕਿਹਾ ਨਹੀਂ ਮਤਲਬ ਇਹ ਹੈ ਹੀ ਨਹੀਂ ਮੇਰੇ ਬਜਟ ਦੀ ਗੇਮ ਹੀ ਨਹੀਂ ਹੈਗੀ ਤੇ ਮੈਂ ਗਿਆ ਅਗਲੇ ਦਿਨ ਤੇ ਕੋਚ ਖੁਦ ਮੇਰੇ ਕੋਲ ਆਇਆ ਕਹਿੰਦਾ ਫਿਰ ਕੀ ਸੋਚਿਆ ਮੈਂ ਕਿਹਾ ਨਹੀਂ ਸਰ ਗੇਮ ਮੇਰੇ ਬਜਟ ਦੀ ਨਹੀਂ ਹੈਗੇ ਤੇ ਮੈਨੂੰ ਕਹਿੰਦੇ ਕਿਉਂ ਕੀ ਪ੍ਰੋਬਲਮ ਆਈ ਮੈਂ ਕਹਾ ਸੀ ਮੈਂ ਕਹਾ ਮੈਂ ਪਲੱਸ 2 ਕਲੀਅਰ ਕਰਨ ਵਾਲਾ ਆ ਤੇ ਫਿਰ ਕਾਲਜ ਦੇ ਵਿੱਚ ਐਡਮਿਸ਼ਨ ਵੀ ਲੈਣੇ ਆ ਤੇ ਬੜਾ ਮਤਲਬ ਟਾਈਟ ਹੋ ਜਾਣਾ ਕੰਮ ਇੰਨਾ ਬਜਟ ਨਹੀਂ ਹੈਗਾ ਸਾਡਾ ਤੇ ਕਹਿੰਦਾ ਤਾਂ ਫਿਰ ਕੀ ਹੋਇਆ ਅਸੀਂ ਤੇਰੀ ਐਡਮਿਸ਼ਨ ਕਰਾਉਂਦੇ ਆ ਫ੍ਰੀ ਦੇ ਵਿੱਚ ਤੂੰ ਕਾਲਜ ਦੇ ਵਿੱਚ ਬੋਡੀ ਬਿਲਡਿੰਗ ਟੀਮ ਦੇ ਵਿੱਚ ਆ ਟ੍ਰਾਇਲਸ ਦੇ ਤੇ ਤੇਰੀ ਫੀਸ ਮਾਫ ਆ ਫੀਸ ਮਾਫ ਆ ਤੇਰੀ ਉਹ ਜੋ ਤੇਰਾ ਫੀਸ ਦਾ ਖਰਚਾ ਹੋਣਾ ਤੂੰ ਆਪਣੀ ਬੋਡੀ ਤੇ ਲਗਾ ਇਹ ਥੋੜਾ ਜਿਹਾ ਮੈਨੂੰ ਪੁਆਇੰਟ ਲੌਜੀਕ ਲੱਗਾ ਮੈਂ ਕਿਹਾ ਯਾਰ ਹੈ ਅੱਦਾ ਕਰ ਸਕਦੇ ਆ ਮੈਂ ਆਪਣੇ ਘਰ ਆ ਕੇ ਗੱਲ ਕੀਤੀ ਪੇਰੈਂਟਸ ਨਾਲ ਮੈਂ ਕਿਹਾ ਕੋਚ ਸਾਹਿਬ ਨੇ ਅੱਦਾ ਬੋਲਿਆ ਤੇ ਕਹਿੰਦਾ ਚਲੋ ਠੀਕ ਆ ਅਗਰ ਅੱਦਾ ਹੋ ਸਕਦਾ ਫੀਸ ਮਾਫ ਹੋ ਜਾਏਗੀ ਤਾਂ ਚਲੋ ਠੀਕ ਆ ਫਿਰ ਮੈਂ ਟਰਾਇਲ ਦਿੱਤੇ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਂ ਟੀਮ ਦੇ ਵਿੱਚ ਆ ਗਿਆ ਤੇ ਫਿਰ ਮੇਰੀ ਅਸਲੀ ਟ੍ਰੇਨਿੰਗ ਸ਼ੁਰੂ ਹੋਈ ਜਿਹੜੀ ਬੋਡੀ ਬਿਲਡਿੰਗ ਵਾਲੀ ਆ ਸਟੀਰੋਇਡਸ ਸਪਲੀਮੈਂਟਸ ਡਾਈਟ ਪੂਰਾ ਫੋਕਸ ਲਗਾ ਦਤਾ ਮੈਂ ਮੇਰੇ ਫਾਦਰ ਸਾਹਿਬ ਮੈਨੂੰ ਯਾਦ ਆਜ ਵੀ ਗੱਲ ਕਿ ਖੁਦ ਹੱਥ ਟਾਈਟ ਕਰਕੇ ਮੈਨੂੰ ਪੈਸੇ ਦੰਦੇ ਸੀਗੇ ਕਿ ਚਲੋ ਕੋਈ ਗੱਲ ਨਹੀਂ ਕਿ ਮੁੰਡਾ ਸਾਡਾ ਗੇਮ ਕਰਦਾ ਇਹਨੂੰ ਖੁਰਾਕ ਦੀ ਜਰੂਰਤ ਆ ਇਹਨੂੰ ਪੈਸੇ ਦੋ ਇਹਨੂੰ ਪੈਸੇ ਦੀ ਲੋੜ ਆ ਪੈਸੇ ਦੰਦੇ ਰਹੇ ਜਿਹੜਾ ਸਪਲੀਮੈਂਟ 2000 ਦਾ ਸੀਗਾ ਮੈਨੂੰ 7000 ਤੱਕ ਕੋਚ ਨੇ ਵੇਚਿਆ ਕੁਝ ਨਹੀਂ ਪਤਾ ਸੀ ਉਦੋਂ ਏਜ ਹੀ ਕੀ ਸੀਗੀ ਮੇਰੀ 17 ਸਾਲ ਮਿਹਨਤ ਕੀਤੀ ਮੈਨੂੰ ਯਾਦ ਆ ਮੇਰਾ ਫਸਟ ਕੰਪੀਟੀਸ਼ਨ 18 ਨਵੰਬਰ 2012 ਇੰਨੀ ਕ ਜਿਆਦਾ ਮੈਨੂੰ ਫਾਈਨੈਂਸ਼ੀਅਲੀ ਇਸ਼ੂਸ ਸੀਗੇ ਇੰਨੇ ਕ ਜਿਆਦਾ ਹੱਥ ਟਾਈਟ ਹੋ ਗਿਆ ਸੀ ਸਾਡਾ ਕਿ ਮੇਰੇ ਸ਼ੂਜ਼ ਫਟ ਗਏ ਹਫਤਾ ਪਹਿਲਾਂ ਔਰ ਮੇਰੇ ਕੋ ਸ਼ੂਜ਼ ਤੱਕ ਨਹੀਂ ਸੀਗੇ ਕਿਉਂਕਿ ਜੋ ਵੀ ਮੈਨੂੰ ਘਰ ਦੇ ਪੌਕਟ ਮਨੀ ਦਿੰਦੇ ਸੀ ਜਾਂ ਮੇਰੇ ਮੈਨੂੰ ਕੱਪੜਿਆਂ ਵਾਲੀ ਪੈਸੇ ਦਿੰਦੇ ਸੀ ਕੁਝ ਵੀ ਉਹ ਮੈਂ ਸਾਰਾ ਪੈਸਾ ਕਹ ਲਓ ਕਿ ਡਾਈਟ ਤੇ ਸਪਲੀਮੈਂਟਸ ਤੇ ਖਰਚ ਦਿੰਦਾ ਸੀਗਾ ਸਟਰੀਟ ਰੋਡਸ ਤੇ ਖਰਚ ਦਿੰਦਾ ਸੀਗਾ ਤੇ ਮੈਂ ਚੱਪਲਾ ਪਾ ਕੇ ਕੰਪੀਟੀਸ਼ਨ ਖੇਡਣ ਲੱਗਾ ਉਸ ਸਰਦੀਆਂ ਦੇ ਦਿਨ ਸਵੇਰੇ ਧੁੰਦ ਪਈ ਹੋਈ ਪੈਰ ਮੇਰੇ ਸੁਜੇ ਹੋਏ ਠੰਡ ਦੇ ਨਾਲ ਸਵੈਲ ਹੋਏ ਪਏ ਪੂਰੇ ਪੇਨ ਹੋ ਰਹੀ ਆ ਕਿ ਮੈਂ ਕੱਟ ਪਾਈ ਟਰੈਕਸੂਟ ਪਾਇਆ ਮੇਰੇ ਕੋਲ ਸ਼ੂਜ਼ ਨਹੀਂ ਸੀ ਮੈਂ ਚਪਲਾ ਪਾ ਕੇ ਕੰਪੀਟੀਸ਼ਨ ਖੇਡਣ ਗਿਆ ਤੇ ਜਦੋਂ ਉੱਥੇ ਗਿਆ ਸਾਰੇ ਮੇਰੇ ਵੱਲ ਦੇਖ ਕੇ ਹੱਸਣ ਦੇ ਸੀਗੇ ਕਿ ਚਪਲਾ ਪਾ ਕੇ ਕੰਪੀਟੀਸ਼ਨ ਖੇਡਣ ਆਇਆ ਪਰ ਕਿਸੇ ਨੇ ਵੀ ਇਹ ਚੀਜ਼ ਨੋਟਿਸ ਨਹੀਂ ਕੀਤੀ ਕਿ ਇੱਕ ਬੰਦਾ ਕਿਉਂ ਮਤਲਬ ਕਿਉਂ ਚਪਲਾ ਪਾ ਗਿਆ ਇਹ ਵੇਗਾ ਪਾਗਲ ਤਾਂ ਹੈ ਨਹੀਂ ਉਹ ਈਵਨ ਮੇਰਾ ਕੋਚ ਤੱਕ ਮੇਰੇ ਤੇ ਹੱਸਣ ਦਿਆ ਸੀ ਉਦੋਂ ਮੈਨੂੰ ਬੜਾ ਫੀਲ ਹੋਇਆ ਮੈਂ ਕਿਹਾ ਯਾਰ ਕਿੱਥੇ ਫਸ ਗਿਆ ਮੈਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇਹ ਸਟਰਗਲ ਆ ਜਿੱਦਾ ਬੰਦੇ ਬੋਲਦੇ ਲਾਈਫ ਇਜ਼ ਅ ਸਟਰਗਲ ਮੈਂ ਕਿਹਾ ਚਲੋ ਸਟਰਗਲ ਆ ਕੋਈ ਗੱਲ ਨਹੀਂ ਕਰਦੇ ਆ ਕੁਝ ਕਰਦੇ ਆ ਕੁਝ ਕੀ ਹੋਇਆ ਹੌਲੀ ਹੌਲੀ ਕੰਪੀਟੀਸ਼ਨ ਤੱਕ ਖੇਲੇ ਬਾਅਦੋਂ ਮੇਰਾ ਇੱਕਦਮ ਜਦੋਂ ਖਰਚਾ ਬਹੁਤ ਵੱਧ ਗਿਆ ਕਾਲੋ ਕਿ ਮੇਰਾ ਇੱਕ ਖਰਚਾ ਵਧ ਹੀ ਗਿਆ ਵਧ ਹੀ ਗਿਆ ਮੇਰਾ 1.5 ਲੱਖ ਤੱਕ ਖਰਚ ਹੋ ਗਿਆ ਸੀ ਇਸ ਚੀਜ਼ ਦੇ ਵਿੱਚ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਕਹਤਾ ਕਿ ਨਹੀਂ ਇਸ ਤੋਂ ਜ਼ਿਆਦਾ ਮੈਂ ਅਫੋਰਡ ਨਹੀਂ ਕਰ ਸਕਦਾ ਤੇ ਮੈਂ ਸੋਚਿਆ ਮੈਂ ਕਿ ਮੈਂ ਗੇਮ ਛੱਡ ਦਵਾਂ ਕਿਉਂਕਿ ਇਹ ਮੇਰੇ ਹੈ ਨਹੀਂ ਮੇਰੇ ਬਜਟ ਦੀ ਨਹੀਂ ਹੈ ਗਈ ਮੈਂ ਗੇਮ ਛੱਡ ਦਿੱਤੀ ਫਿਰ ਜਦੋਂ ਮੇਰੇ ਐਗਜ਼ਾਮ ਹੋਣੇ ਸੀ ਮੈਨੂੰ ਯਾਦ ਆ ਫਾਈਨਲ ਐਗਜ਼ਾਮ ਸੀ ਸਾਡੇ ਤੇ ਮੈਂ ਰੋਲ ਨੰਬਰ ਲੈਣ ਗਿਆ ਤੇ ਮੈਨੂੰ ਸਰ ਕਹਿੰਦਾ ਕਹਿੰਦਾ ਤੇਰੀ ਫੀਸ ਪੈਂਡਿੰਗ ਆ ਮੈਂ ਕਹਾਂ ਸਰ ਅੱਧਾ ਕਿਦਾਂ ਮੈਂ ਸਪੋਰਟਸ ਪਲੇਅਰ ਆ ਮੈਂ ਬੋਡੀ ਬਿਲਡਿੰਗ ਟੀਮ ਦੇ ਵਿੱਚ ਆ ਤੇ ਮੈਨੂੰ ਤਾਂ ਕਿਹਾ ਗਿਆ ਸੀਗਾ ਕਿ ਜਦੋਂ ਤੁਹਾਡੀ ਸਿਲੈਕਸ਼ਨ ਹੋ ਜਾਏਗੀ ਫੀਸ माफ ਹੋ ਜਾਏਗੀ ਕਹਿੰਦਾ ਨਹੀਂ ਤੁਹਾਡੀ ਫੀਸ ਪੈਂਡਿੰਗ ਆ 25000 ਰੁਪਏ ਆ ਕਹਿੰਦਾ ਨਹੀਂ ਕਾਕਾ ਫੀਸ ਦੇਣੀ ਪੈਣੀ ਤੈਨੂੰ ਨਹੀਂ ਤਾਂ ਅਸੀਂ ਹੋਲ ਨੰਬਰ ਨਹੀਂ ਦੇ ਸਕਦੇ ਮੈਂ ਫੋਨ ਮਲਾਵਾ ਕਦੀ ਕਿਸੇ ਨੂੰ ਮੈਂ ਕੋਚ ਨੂੰ ਮਲਾਵਾ ਫੋਨ ਹੀ ਨਾ ਕੋਈ ਚੱਕੇ ਪਰੇਸ਼ਾਨ ਹੋ ਗਿਆ ਮੈਂ ਕਿਉਂਕਿ ਮੈਂ ਤਾਂ ਇਹੀ ਉਮੀਦ ਵਿੱਚ ਸੀ ਕਿ ਮੇਰੀ ਫੀਸ माफ ਆ ਚਲੋ ਮੈਂ ਗੇਮ ਕਰਦਾ ਆ ਪਰ ਆ ਇੱਕ ਨਵਾਂ ਹੀ ਮੇਰੇ ਅੱਗੇ ਇੱਕ ਪੰਗਾ ਖੜਾ ਹੋ ਗਿਆ ਫੀਸ ਨੂੰ ਲੈ ਕੇ ਮ ਕੋਚ ਨੂੰ ਫੋਨ ਮਲਾਇਆ ਉਹਨਾਂ ਨੇ ਫੋਨ ਮੇਰਾ ਪਿਕ ਕੀਤਾ ਮੈਂ ਕਿਹਾ ਸਰ ਤੁਸੀਂ ਤਾਂ ਕਿਹਾ ਸੀ ਫੀਸ ਮਾਫ ਹੋਣੀ ਹੈ ਮੈਂ ਤਾਂ ਫੀਸ ਮੰਗਦੇ ਪਿਆ ਕਹਿੰਦਾ ਕੋਈ ਗੱਲ ਨਹੀਂ ਮੈਂ ਗੱਲ ਕਰਦਾ ਆਂ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਪਤਾ ਨਹੀਂ ਮੈਨੂੰ ਗੱਲ ਕੀਤੀ ਕਿ ਨਹੀਂ ਕੀਤੀ ਤੇ ਮੈਨੂੰ ਫੋਨ ਆਇਆ ਫਿਰ ਵਾਪਸ ਕਹਿੰਦੇ ਕਹਿੰਦੇ ਸਰ ਬਾਹਰ ਗਏ ਆ ਤੇ ਉਹਨਾਂ ਨੇ 20 ਤਰੀਕ ਨੂੰ ਆਣਾ ਮੈਂ ਕਿਹਾ ਸਰ ਮੇਰਾ 18 ਤਰੀਕ ਨੂੰ ਪੇਪਰ ਆ ਮੈਂ ਕਿਹਾ ਮੇਰਾ 18 ਮਈ ਨੂੰ ਪੇਪਰ ਆ ਤੇ ਤੁਸੀਂ ਕਹਿੰਦੇ ਵੇ 20 ਨੂੰ ਆਣਾ ਕਹਿੰਦਾ ਨਹੀਂ ਉਸ ਤੋਂ ਪਹਿਲਾਂ ਨਹੀਂ ਹੋ ਸਕਦਾ ਮਤਲਬ ਉਹਨੇ ਇਨਡਾਇਰੈਕਟਲੀ ਮੈਨੂੰ ਕਹਿਆ ਤਾਂ ਸੀਗਾ ਕਿ ਹਣ ਤੂੰ ਹੀ ਦੇਖ ਜੋ ਉਹ ਦੇਖਣਾ ਮੈਂ ਇਸ ਚੀਜ਼ ਤੋਂ ਬਾਹਰ ਆ ਮੇਰਾ ਦਿਲ ਟੁੱਟ ਗਿਆ ਮੈਂ ਘਰ ਆਇਆ ਮੈਂ ਸੋ ਗਿਆ ਰੋਂਦਾ ਪਿਆ ਸੀ ਮੈਂ ਮੰਨ ਬਣਾ ਲਿਆ ਸੀ ਕਿ ਮੈਂ ਐਗਜ਼ਾਮ ਦੇਣਾ ਹੀ ਨਹੀਂ ਮੈਂ ਕਿਸ ਨੂੰ ਨਾ ਪੈਸੇ ਮੰਗਾ ਕਿਉਂਕਿ ਮੈਂ ਤਾਂ ਫੈਮਿਲੀ ਨੂੰ ਕਿਹਾ ਸੀ ਕਿ ਮੇਰੀ ਫੀਸ ਮਾਫ ਆ ਮੇਰੇ ਬ੍ਰਦਰ ਨੇ ਕਿਹਾ ਮੈਨੂੰ ਦੇਖ ਲਿਆ ਰੋਂਦੇ ਨੂੰ ਪਰ ਮੇਰੇ ਮੇਰੀ ਮੰਮਾ ਨਾਲ ਗੱਲ ਕੀਤੀ ਕਹਿੰਦੇ ਪਤਾ ਨਹੀਂ ਕੀ ਗੱਲ ਹੋਈ ਰੋਂਦਾ ਪਿਆ ਆ ਮੈਂ ਮम्मा ਕੋਲ ਆਇਆ ਕਹਿੰਦੇ ਕੀ ਹੋਇਆ ਮੈਂ ਕਹਦਾ ਦਾਦਾ ਗੱਲ ਹੋਈ ਆ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਅਸੀਂ ਫੀਸ ਦੇ ਦਿੰਦੇ ਕਿੰਨੀ ਆ ਮੈਂ ਕਹਿੰਦਾ ਨਹੀਂ ਦੇਣ ਵਾਲੀ ਹੁਣ ਮੰਨੂ ਨਹੀਂ ਪਤਾ ਕਿ ਉਹਨਾਂ ਨੇ ਕਿੱਦਾਂ ਫੀਸ ਉਹ ਕੀਤੀ ਆ ਅਰੇਂਜ ਫੀਸ ਆਈ ਮੈਂ ਭਰੀ ਇਗਜ਼ਾਮ ਦਿੱਤਾ ਪਰ ਮੈਂ ਟੁੱਟਾ ਹੋਇਆ ਸੀ ਅੰਦਰੋਂ ਪੂਰਾ ਕਿ ਇਹ ਮੇਰੇ ਨਾਲ ਹੋ ਕੀ ਗਿਆ ਉਦੋਂ ਤੱਕ ਮੇਰੀ ਸਿਹਤ ਇੰਨੀ ਖਰਾਬ ਹੋ ਗਈ ਸੀ ਇੰਟਰਨਲੀ ਗਾਈਨੋਕਮੈਸਟੀ ਆਦੀ ਪ੍ਰੋਬਲਮ ਡਿਪਰੈਸ਼ਨ ਦੀ ਪ੍ਰੋਬਲਮ ਇਨਸੋਮੀਆ ਦੀ ਪ੍ਰੋਬਲਮ ਐਂਗਰ ਰੇਜ ਦੀ ਪ੍ਰੋਬਲਮ ਮੇਰੇ ਅੰਦਰ ਤਿਰਚੜਾਪਨ ਆਣਾ ਸ਼ੁਰੂ ਹੋ ਗਿਆ ਮੇਰੀ ਬਾਡੀ ਬਲੌਟ ਹੋਣੀ ਸ਼ੁਰੂ ਹੋ ਗਈ ਮੇਰੀ ਸਕਿਨ ਪਤਲੀ ਹੋਣੀ ਸ਼ੁਰੂ ਹੋ ਗਈ ਮੈਂ ਮੈਂ ਦੇਖਾ ਮੈਨੂੰ ਹੋ ਕੀ ਰਿਹਾ ਆ ਮੇਰਾ ਭਾਰ 75 ਕਿਲੋ ਸੀ ਇੱਕਦਮ weight ਮੇਰਾ ਵਧਣਾ ਸ਼ੁਰੂ ਹੋਇਆ ਔਰ 105 ਤੱਕ ਹੋ ਗਿਆ ਰਾਤ ਨੂੰ ਨੀਂਦ ਨਾ ਆਵੇ ਗੁੱਸਾ ਆਈ ਜਾਵੇ ਕੱਲੀ ਕੱਲੀ ਚੀਜ਼ ਤੇ ਫਿਰ ਇੱਕ ਦਿਨ ਮੈਨੂੰ ਯਾਦ ਹੈ ਮੇਰੇ ਫਾਦਰ ਸਾਹਿਬ ਨਿਊਜ਼ਪੇਪਰ ਪੜ੍ਹ ਰਹੇ ਸੀਗੇ ਉਹਦੇ ਵਿੱਚ ਚੈਸਟ ਕੈਂਸਰ ਦਾ ਇੱਕ ਆਰਟੀਕਲ ਸੀਗਾ ਉਹਨਾਂ ਨੇ ਜਦੋਂ ਦੇਖਿਆ ਮੈਂ ਸ਼ਾਵਰ ਲੈ ਕੇ ਬਾਹਰ ਨਿਕਲਿਆ ਉਹਨਾਂ ਨੇ ਮੇਰੀ ਚਸਟ ਵੱਲ ਦੇਖਿਆ ਕਹਿੰਦੇ ਆ ਸੇਮ ਪ੍ਰੋਬਲਮ ਤੈਨੂੰ ਲੱਗਦੀ ਪਈ ਆ ਆਪਣੀ ਚਸਟ ਦੇਖ ਮੈਨੂੰ ਗਾਈਨੋਕਮੈਸਟिया ਹੋਇਆ ਸੀ ਮੈਨੂੰ ਯਾਦ ਮਰੀ ਮੇਰੀ ਚਸਟ ਦੇ ਵਿੱਚ ਇੰਨੇ ਵੱਡੇ ਵੱਡੇ ਕਲਾਉਡਸ ਬਣ ਗਏ ਸੀਗੇ ਇੰਨੇ ਵੱਡੇ ਤੇ ਮੈਂ ਡਾਕਟਰ ਨੂੰ ਜਿਹੜਾ ਦਿਖਾਇਆ ਮੈਂ ਟੈਸਟ ਕਰਵਾਇਆ ਤੇ ਮੈਂ ਪੂਰੀ ਤਰ੍ਹਾਂ ਸ਼ੌਕਡ ਹੋ ਗਿਆ ਮੇਰੇ ਹਾਰਮੋਨਸ ਇਨ ਬੈਲੈਂਸ ਹੋਏ ਸੀ ਹਾਰਮੋਨਸ ਇਨ ਬੈਲੈਂਸ ਮੇਰਾ ਸੈਮਨ ਟੈਸਟ ਹੋਇਆ ਮੇਰਾ ਸਪਰਮ ਕਾਊਂਟ ਅਰਾਊਂਡ 20-25 ਮਿਲੀਅਨ ਰਹਿ ਗਿਆ ਸੀਗਾ ਜਦ ਕਿ ਸਾਰਿਆਂ ਨੂੰ ਪਤਾ ਕਿ 80-90 ਜਾਂ 100 ਮਿਲੀਅਨ ਤੱਕ ਚਾਹੀਦਾ ਆ ਉਸ ਏਜ ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਡਾਕਟਰ ਕਹਿੰਦਾ ਕੋਈ ਗੱਲ ਨਹੀਂ ਹੋ ਜਾਏਗਾ ਠੀਕ ਆ ਮੈਡੀਸਨ ਖਾਓ ਖਾਂਦਾਰਿਆ ਮੈਡੀਸਨ 3 ਮਹੀਨੇ ਹੋਏ 6 ਮਹੀਨੇ ਹੋਏ ਸਾਲ ਹੋਇਆ 2 ਸਾਲ ਹੋਏ 3 ਸਾਲ ਹੋ ਗਏ ਕੋਈ ਇੰਪਰੂਵਮੈਂਟ ਨਹੀਂ ਤੇ ਡਾਕਟਰ ਸਾਹਿਬ ਮੈਨੂੰ ਕਹਿੰਦੇ ਕਿ ਪ੍ਰੋਬਲਮ ਬਹੁਤ ਵੱਧ ਗਈ ਆ ਸ਼ਾਇਦ ਤੂੰ ਇਨ ਫਿਊਚਰ ਫਾਦਰ ਨਾ ਬਣ ਸਕੇ ਇਸ ਚੀਜ਼ ਨੇ ਮੈਨੂੰ ਤੋੜਤਾ ਪੂਰੀ ਤਰ੍ਹਾਂ 18-19 ਸਾਲ ਉਮਰ ਮੈਂ ਕਿਹਾ ਆ ਕੀ ਹੋ ਗਿਆ ਕਰਨਾ ਕੀ ਚਾਹੁੰਦਾ ਸੀ ਹੋ ਕੀ ਗਿਆ ਮੈਂ ਆਪਣੇ ਕੁਝ ਫਰੈਂਡਸ ਦੇ ਨਾਲ ਇਹ ਗੱਲ ਸ਼ੇਅਰ ਕੀਤੀ ਉਹ ਮੇਰਾ ਮਜ਼ਾਕ ਬਣਾਉਣ ਲੱਗੇ ਮੈਨੂੰ ਕਿੰਨਰ ਕਿੰਨਰ ਕਾ ਕੇ ਬੁਲਾਉਣ ਲੱਗੇ ਇੱਕ ਮੇਰਾ ਦੋਸਤ ਸੀ ਯਾਦ ਆ ਮੈਨੂੰ ਗੱਲ ਮੇਰੇ ਮੇਰੇ ਮੋਢੇ ਤੇ ਹੱਥ ਮਾਰ ਕੇ ਕੰਦਾ ਕਹਿੰਦਾ ਕੋਈ ਗੱਲ ਨਹੀਂ ਟੈਨਸ਼ਨ ਨਾਲ ਐ ਮੈਂ ਕਿਹਾ ਪਤਾ ਨਹੀਂ ਮੋਟੀਵੇਟ ਕਰਨ ਲੱਗਾ ਕਹਿੰਦਾ ਜਦੋਂ ਵਿਆਹ ਹੋਊਗਾ ਨਾ ਮੈਂ ਹੈਗਾ ਟੈਨਸ਼ਨ ਨਾਲ ਐ ਮੈਂ ਦੇਖਾਂ ਮੈਂ ਕਿਹਾ ਯਾਰ ਕੀ ਬੋਲਦੇ ਪਏ ਆ ਤੇ ਦੂਸਰਾ ਬੋਲਿਆ ਕਹਿੰਦਾ ਨਾ ਵਿਆਹ ਹੋਊਗਾ ਵੀ ਜਿੱਦਾਂ ਦੀ ਪ੍ਰੋਬਲਮ ਹੋ ਗਈ ਇਹਨੂੰ ਇੰਨਾ ਜ਼ਿਆਦਾ ਮੈਂ ਟੁੱਟ ਗਿਆ ਮੈਨੂੰ ਰਾਤ ਨੂੰ ਨੀਂਦ ਨਾ ਆਵੇ ਉਹੀ ਗੱਲਾਂ ਦਿਮਾਗ ਦੇ ਵਿੱਚ ਘੁੰਮੀ ਆਣੀਆਂ ਸੋਣਾ ਤੇ ਮੈਨੂੰ ਸਪਨਿਆਂ ਦੇ ਵਿੱਚ ਵੀ ਉਹੀ ਚੀਜ਼ਾਂ ਦਿਖਣੀਆਂ ਜਦੋਂ ਮੈਂ ਜੌਬ ਸ਼ੁਰੂ ਕੀਤੀ ਸੀ ਜਿਮ ਦੀ ਮੈਂ ਜਦੋਂ ਟ੍ਰੇਨਰ ਬਣਿਆ ਸੀ 2014 ਦੇ ਵਿੱਚ ਮੈਂ ਸ਼ੁਰੂ ਕੀਤੀ ਸੀ ਤੇ 2016 ਦੀ ਗੱਲ ਹੈ ਜਦੋਂ ਪ੍ਰੋਬਲਮ ਬਹੁਤ ਵੱਧ ਗਈ ਸੀ ਤੇ ਮੈਨੂੰ ਟ੍ਰੇਨਰਸ ਮੈਂਬਰਸ ਛੇੜਦੇ ਸੀਗੇ ਕਿ ਹੁਣ ਆਪਾਂ ਕੋਚ ਸਾਹਿਬ ਦੀ ਵੀ ਬਾਡੀ ਬਣਾ ਦੇਣੀ ਆ ਟ੍ਰੇਨਰ ਬੋਲਦੇ ਹੁੰਦੇ ਸੀ ਉਹ ਸਰਟੀਫਿਕੇਸ਼ਨਸ ਦੇ ਨਾਲ ਕੀ ਹੁੰਦਾ ਖੁਦ ਦੀ ਤਾਂ ਇਹਦੀ ਬਾਡੀ ਹੈ ਨਹੀਂ ਕਿਸੇ ਨੂੰ ਇਹ ਕੀ ਟ੍ਰੇਨ ਕਰੇਗਾ ਮੇਰੇ ਕੋ ਅਗਰ ਕੋਈ ਟ੍ਰੇਨਿੰਗ ਵੀ ਲੈਂਦਾ ਸੀਗਾ ਮੇਰੀ ਬਾਡੀ ਦੇਖ ਕੇ ਮੇਰੇ ਤੋਂ ਦੂਰ ਚਲ ਜਾਂਦਾ ਸੀਗਾ ਕਿ ਇਹ ਨਹੀਂ ਖੁਦ ਤਾਂ ਬਣੀ ਨਹੀਂ ਇਹਨੇ ਸਾਡੀ ਕੀ ਬਣਾਨੀ ਐ 8th ਪਾਸ ਟ੍ਰੇਨਰ 8th ਪਾਸ ਜਿਹਨੂੰ ਹਿੰਦੀ ਪੰਜਾਬੀ ਨਹੀਂ ਪੜ੍ਹਨੀ ਆਂਦੀ ਬਾਡੀ ਆ ਟ੍ਰੇਨਰ ਬਣਾ ਦਿੱਤਾ ਉਹ ਬੰਦੇ ਨੇ ਮੈਨੂੰ ਅੱਧਾ-ਦਰੀਆਂ ਗੱਲਾਂ ਬੋਲੀਆਂ ਕਹਿੰਦਾ ਅਸੀਂ ਭਲਾ ਅਨਪੜ੍ਹ ਆ ਪਰ ਬਾਡੀ ਦੇਖ ਪਤਾ ਤਾਂ ਲੱਗਦਾ ਆ ਤੇਰੇ ਵਿੱਚ ਕੀ ਆ ਮੈਂ ਡਰਨ ਲੱਗਿਆ ਲੋਕਾਂ ਤੋਂ ਪ੍ਰੋਬਲਮ ਇੱਕ ਅੱਧਾ ਦੀ ਸੀਗੀ ਆਪਣਾ ਇੱਕ ਸਮਾਜ ਅੱਦਾ ਦਾ ਆ ਕਿ ਆਪਾਂ ਪਰਿਵਾਰ ਦੇ ਨਾਲ ਅੱਦਾਂ ਦੀਆਂ ਗੱਲਾਂ ਸ਼ੇਅਰ ਨਹੀਂ ਕਰ ਸਕਦੇ ਆਪਾਂ ਫਰੈਂਡਸ ਇਸ ਲਈ ਬਣਾਉਂਦੇ ਆ ਕਿ ਕੁਝ ਗੱਲਾਂ ਆਪਾਂ ਫਰੈਂਡਸ ਦੇ ਨਾਲ ਵੀ ਸ਼ੇਅਰ ਕਰ ਲਈਏ ਪਰ ਅੱਗੋਂ ਫਰੈਂਡਸ ਨੇ ਵੀ ਮੇਰਾ ਮਜ਼ਾਕ ਬਣਾਇਆ ਮੈਂ ਉਹ ਫਰੈਂਡ ਛੱਡ ਦਿੱਤੇ ਮੈਂ ਇਕੱਲਾ ਰਹਿਣ ਲੱਗ ਗਿਆ ਮੈਂ ਜੌਬ ਤੋਂ ਆਣਾ ਮੈਂ ਆਪਣੇ ਰੂਮ ਚ ਆਣਾ ਮੈਂ ਸੌਂ ਜਾਣਾ ਹਰ ਇੱਕ ਚੀਜ਼ ਕੀਤੀ ਹਰ ਇੱਕ ਵੱਡੇ ਤੋਂ ਵੱਡੇ ਡਾਕਟਰ ਕੋ ਗਿਆ ਕਿ ਮੈਂ ਕਿਸੇ ਤਰ੍ਹਾਂ ਠੀਕ ਹੋ ਜਾਵਾਂ ਬਾਥਰੂਮ ਵਿੱਚ ਟੈਪ ਚਲਾ ਕੇ ਰੋਣਾ ਉੱਚੀ ਉੱਚੀ ਕਿ ਕਿਸੇ ਨੂੰ ਪਤਾ ਨਾ ਚੱਲੇ ਸ਼ੀਸ਼ੇ ਅੱਗੇ ਖੜਾ ਹੋ ਗਿਆ ਆਪਣੇ ਆਪ ਨਾਲ ਗੱਲ ਕਰਨੀ ਹੌਸਲਾ ਰੱਖ ਹੌਸਲਾ ਰੱਖ ਕੋਈ ਗੱਲ ਨਹੀਂ ਹੋ ਜਾਏਗਾ ਹੌਸਲਾ ਰੱਖ ਤੂੰ ਚੈਂਪੀਅਨ ਆ ਹਾਰ ਨਹੀਂ ਹੌਸਲਾ ਰੱਖ ਪਰ ਬੰਦਾ ਕਿੰਨੀ ਕੁ ਦੇਰ ਤੱਕ ਇਹ ਚੀਜ਼ ਕਰਦਾ ਰਵੇ ਟੁੱਟ ਗਿਆ ਪੂਰੀ ਤਰ੍ਹਾਂ ਰਾਤ ਨੂੰ ਨੀਂਦ ਨਹੀਂ ਆਣੀ ਕਈ ਵਾਰ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਛੱਤ ਤੇ ਚੱਲ ਜਾਂਦਾ ਸੀਗਾ ਮੈਂ लेट ਜਾਣਾ ਛੱਤ ਤੇ ਔਰ ਆਸਮਾਨ ਵੱਲ ਦੇਖੀ ਜਾਣਾ ਔਰ ਬੋਲਣਾ ਕਿ ਕੋਈ ਰੱਬ ਵੀ ਹੈਗਾ ਆ ਕਿ ਪਹਿਲਾਂ ਮੈਂ ਡ੍ਰੀਮ ਸੈੱਟ ਕੀਤਾ ਕਿ ਮੈਂ ਇੰਡੀਅਨ ਕ੍ਰਿਕਟ ਟੀਮ ਵੱਲੋਂ ਖੇਡਣਾ ਚਾਹੁੰਦਾ ਸੀ ਉਹ ਡ੍ਰੀਮ ਹਟ ਗਿਆ ਫਿਰ ਮੈਂ ਬੋਡੀ ਬਿਲਡਿੰਗ ਵੱਲ ਆਇਆ ਉਹਦੇ ਵਿੱਚੋਂ ਮੈਨੂੰ ਧੋਖਾ ਮਿਲਿਆ ਕਿ ਸਟੇਅਰ ਆਰਡਰਸ ਐ ਮੈਨੂੰ ਨਾ ਇੱਧਰ ਜੋਗਾ ਰਹਿਣ ਦਿੱਤਾ ਨਾ ਉੱਧਰ ਜੋਗਾ ਰਹਿਣ ਦਿੱਤਾ ਟਰੇਨਰ ਦੀ ਜੌਬ ਸ਼ੁਰੂ ਕੀਤੀ ਲੋਕੀ ਮੇਰੀ ਬੋਡੀ ਦੇਖ ਕੇ ਮੈਨੂੰ ਜੱਜਮੈਂਟ ਕਰਨ ਲੱਗ ਗਏ ਮੈਂ ਕਿ ਕੀ ਕਰਾਂ ਦੋਸਤ ਉਹ ਛੱਡ ਗਏ ਟੁੱਟ ਗਿਆ ਮੈਂ ਮੈਂ ਹਰ ਤਰ੍ਹਾਂ ਦਾ ਰਿਲੀਜੀਅਸ ਟ੍ਰੀਟਮੈਂਟ ਮੈਂ ਹਰ ਤਰ੍ਹਾਂ ਦਾ ਮੈਡੀਕਲ ਟ੍ਰੀਟਮੈਂਟ ਹਰ ਤਰ੍ਹਾਂ ਦੀ ਕਾਉਂਸਲਿੰਗ ਹਰ ਇੱਕ ਚੀਜ਼ ਕੀਤੀ ਕੁਝ ਇੰਪਰੂਵਮੈਂਟ ਨਹੀਂ ਹੋਈ ਮੇਰੇ ਵਿੱਚ 1% ਵੀ ਮਹੌਲੀ-ਹੌਲੀ ਸੋਚਿਆ ਮੇਰਾ ਮੇਰਾ ਵਿਸ਼ਵਾਸ ਬਣਨ ਲੱਗਾ ਮੈਂ ਕਿ ਕੋਈ ਰੱਬ ਹੈਗਾ ਹੀ ਨਹੀਂਗਾ ਕੁਝ ਨਹੀਂ ਹੈਗਾ ਦੁਨੀਆ ਤੇ ਮੈਂ ਛੱਡ ਦਿੱਤਾ ਸਾਰਾ ਕੁਝ ਸਾਰਾ ਕੁਝ ਛੱਡ ਦਿੱਤਾ ਮੈਂ ਮੈਂ ਬਸ ਇੱਕ ਦਿਲ ਵਿੱਚ ਇੱਕ ਇੱਕ ਕਾਲੋ ਗੁੱਸਾ ਲੈ ਕੇ ਬੈਠਾ ਸੀ ਕਿ ਮੈਂ ਬਸ ਹੁਣ ਠੀਕ ਹੋ ਜਾਵਾਂ ਇੱਕ ਵਾਰ ਮੈਂ ਕੋਚ ਨੂੰ ਦੱਸਣਾ ਆ ਮੈਂ ਜਿਹੜਾ ਮੇਰਾ ਮਜ਼ਾਕ ਬਣਾਉਂਦੇ ਮੈਂ ਉਹਨਾਂ ਨੂੰ ਦੱਸਣਾ ਆ ਮੈਂ ਇੱਕ ਵਾਰ ਉਹਨਾਂ ਨੂੰ ਮੈਂ ਜਵਾਬ ਦੇਣਾ ਆ ਕੁੱਝ ਬਣ ਕੇ ਦਿਖਾਣਾ ਬਸ ਇਹੀ ਗੁੱਸਾ ਸੀ ਮੇਰੇ ਅੰਦਰ ਉਹ ਗੁੱਸਾ ਕਰਕੇ ਮੈਂ ਕੁਝ ਵੀ ਕਿਸੇ ਚੀਜ਼ ਤੇ ਫੋਕਸ ਨਹੀਂ ਕਰ ਪਾਂਦਾ ਸੀ ਫਿਰ ਇੱਕ ਦਿਨ 2017 ਦੀ ਗੱਲ ਆ ਮੈਂ ਫੇਸਬੁੱਕ ਦੇਖਦਾ ਪਿਆ ਉਹਦੇ ਵਿੱਚ ਇੱਕ ਫੋਟੋ ਆਈ ਕਿਸੇ ਨੇ ਸ਼ੇਅਰ ਕੀਤੀ ਸੀ ਫੋਟੋ ਤੇ ਲਿਖਿਆ ਸੀ ਇੱਕ ਇਨਸਾਨ ਰੱਬ ਬਿਨਾਂ ਕੁਝ ਨਹੀਂ ਗਾ ਪਰ ਰੱਬ ਇਨਸਾਨ ਬਿਨਾਂ ਵੀ ਰੱਬ ਹੀ ਆ ਮੈਂ ਜਦੋਂ ਫੋਟੋ ਦੇਖੀ ਮੈਂ ਲਿਟਰਲੀ ਇਨਾ ਰੋਇਆ ਮੈਂ ਗੁੱਟਨੇ ਟੇਕੇ ਗੁੱਟਨਿਆਂ 'ਪਾ ਲਾਇਆ ਮੈਂ ਮੈਂ ਹੱਥ ਉਠਾਏ ਉੱਪਰ ਮੈਂ ਕਹਾ ਖੁਦਾ ਅਗਰ ਤੂੰ ਹੈਗਾ ਤੇ ਬਚਾ ਲੈ ਮੈਂ ਹਿੰਮਤ ਹਾਰ ਗਿਆ ਮੈਨੂੰ ਨਹੀਂ ਸਮਝ ਆ ਰਹੀ ਮੈਂ ਕੀ ਕਰਾਂ ਅਗਰ ਤੂੰ ਹੈ ਤਾਂ ਮੈਨੂੰ ਬਚਾ ਲੈ ਉਦੋਂ ਮੈਂ ਇੱਕ ਡਿਸੀਜਨ ਲਿਆ ਮੈਂ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਬਾਈਬਲ ਜਦੋਂ ਸ਼ੁਰੂ ਕੀਤੀ ਪਹਿਲਾ ਹੀ ਵਚਨ ਆਇਆ ਸਾਹਮਣੇ ਮੇਰੇ ਵਰਡ ਆਇਆ ਕਿ ਤਾਨਿਆ ਉਹ ਪੁਰਸ਼ ਜਿਹੜੇ ਦੁਖੀ ਆ ਉਹ ਅੱਗੇ ਜਾ ਕੇ ਖੁਸ਼ ਹੋਣਗੇ ਜਿਸ ਨਾਪ ਨਾਲ ਤੈਨੂੰ ਦੁਨੀਆ ਨਾਪਦੀ ਆ ਮੈਂ ਵੀ ਤੈਨੂੰ ਮੈਂ ਵੀ ਦੁਨੀਆ ਨੂੰ ਉਸ ਨਾਪ ਦੇ ਨਾਲ ਨਾਪਾਂਗਾ ਤੂੰ ਡਰ ਨਾ ਮੈਂ ਤੇਰਾ ਪਰਮੇਸ਼ਵਰ ਆ ਮੈਂ ਤੈਨੂੰ ਸੰਭਾਲਾਂਗਾ ਤੈਨੂੰ ਉੱਚਾ ਚੱਕਾਂਗਾ ਮੈਂ ਤੈਨੂੰ ਆਪਣੇ ਹੱਥਾਂ ਨਾਲ ਬਣਾਇਆ ਚਾਹੇ ਦੁਨੀਆ ਤੈਨੂੰ ਛੱਡ ਦੇਵੇ ਮੈਂ ਨਾ ਤੈਨੂੰ ਛੱਡਾਂਗਾ ਤੂੰ ਬਸ ਮੇਰੇ ਪਿੱਛੇ ਚੱਲ ਅਗਰ ਕੋਈ ਤੇਰੀ ਗੱਲ ਤੇ ਇੱਕ ਥੱਪੜ ਮਾਰੇ ਉਸਦੇ ਅੱਗੇ ਦੂਸਰਾ ਗੱਲ ਵੀ ਕਰ ਦੇ ਮੈਂ ਜਦੋਂ ਇਹ ਚੀਜ਼ ਪੜ੍ਹੀ ਮੈਂ ਹਿੱਲ ਗਿਆ ਪੂਰੀ ਤਰ੍ਹਾਂ ਮੈਨੂੰ ਅੱਦਾ ਲੱਗਾ ਕਿ ਇਹ ਕਿਤਾਬ ਮੇਰੇ ਨਾਲ ਗੱਲਾਂ ਕਰਦੀ ਪਈ ਆ ਪੂਰੀ ਤਰ੍ਹਾਂ ਹਿਲ ਗਿਆ ਮੈਂ ਰੋਮਾ ਉੱਚੀ ਸੀ ਉਦੋਂ ਮੈਂ ਡਿਸੀਜਨ ਲਿਆ ਕਿ ਮੈਂ ਹਰ ਇੱਕ ਗੁੱਸਾ ਜੈਲਸੀ ਨਫ਼ਰਤ ਹਰ ਇੱਕ ਚੀਜ਼ ਛੱਡ ਦੇਵਾਂਗਾ ਮੈਂ ਫੇਸਬੁੱਕ ਇੰਸਟਾਗ੍ਰਾਮ ਸੋਸ਼ਲ ਮੀਡੀਆ ਟੋਟਲੀ ਡਿਲੀਟ ਕਰ ਦਿੱਤਾ ਆਪਣਾ ਨੰਬਰ ਚੇਂਜ ਕਰ ਲਿਆ ਆਪਣੇ ਆਪ ਨਾਲ ਆਪਣੇ ਆਪ ਤੇ ਫੋਕਸ ਰੱਖਿਆ ਬਸ ਵਧਣਾ ਸ਼ੁਰੂ ਹੋਇਆ ਕੋਰਸਿਸ ਕੀਤੇ ਇਸ ਵਕਤ ਮੇਰੇ ਕੋ ਫਿਟਨੈਸ ਦੇ 12 ਕੋਰਸਿਸ ਆ ਲੋਕੀ ਕੀ ਕਹਿੰਦੇ ਮੈਂ ਛੱਡ ਦਿੱਤਾ ਕੀ ਬੋਲਦੇ ਆ ਕੀ ਸੋਚਦੇ ਆ ਹਰ ਇੱਕ ਚੀਜ਼ ਸੋਚਣੀ ਛੱਡਤੀ ਮਨੂ ਸੀ ਕਿ ਬਸ ਮੈਂ ਹੁਣ ਠੀਕ ਹੋਣਾ ਆ ਤੇ ਠੀਕ ਹੋਣਾ ਆ ਹੌਲੀ ਹੌਲੀ ਮੇਰੀ ਬਾਡੀ ਦੇ ਵਿੱਚ ਇੰਪਰੂਵਮੈਂਟ ਆਣੀ ਹੋ ਗਈ ਇੰਪਰੂਵਮੈਂਟ ਸ਼ੁਰੂ ਹੋ ਗਈ ਹੌਲੀ ਹੌਲੀ ਮੈਂ ਡਿਪਰੈਸ਼ਨ ਤੋਂ ਫ੍ਰੀ ਹੋ ਗਿਆ ਕੋਈ ਨੈਗਟਿਵਿਟੀ ਨਹੀਂ ਮੇਰੀ ਬਾਡੀ ਵਿੱਚ ਇੰਪਰੂਵਮੈਂਟ ਆਣੀ ਸ਼ੁਰੂ ਹੋ ਗਈ ਜੋ ਜੋ ਮੈਨੂੰ ਪ੍ਰੋਬਲਮ ਸੀ ਐਂਗਰ ਰੇਜ ਗਾਈਨੋਕਮੈਸਟੀਆ ਸੈਕਸুয়াল ਇਸ਼ੂਸ ਹਰ ਇੱਕ ਚੀਜ਼ ਮੇਰੀ ਕਵਰ ਹੋ ਗਈ ਇਸ ਵਕਤ ਮੈਂ 90% ਕਿਉਂ ਰਹਾ 90 ਵੀ ਕਿਉਂ ਮੈਂ 100% ਕਿਉਂ ਰਹਾ ਫਿਰ ਮੈਂ ਇੱਕ ਡ੍ਰੀਮ ਸੈੱਟ ਕੀਤਾ ਨਹੀਂ ਯਾਰ ਮੈਂ ਮੇਰੇ ਕੋਲ ਜੋ ਨੌਲੇਜ ਆ ਮੈਂ ਇਹਨੂੰ ਆਪਣੇ ਤੱਕ ਨਿਯਮਿਤ ਨਹੀਂ ਰੱਖਾਂਗਾ ਮੈਨੂੰ ਫਲਾਵਾਗਾ ਮੈਂ ਸਕੂਲਸ ਦੇ ਵਿੱਚ ਸੈਮੀਨਾਰ ਦੇਣੇ ਸ਼ੁਰੂ ਕੀਤੇ ਮੈਂ ਆਪਣੀ ਪੜ੍ਹਾਈ ਨੂੰ ਅੱਗੇ ਕੰਟੀਨਿਊ ਕੀਤਾ ਮੈਂ ਐਮਏ ਸਾਈਕੋਲੋਜੀ ਚੂਜ਼ ਕੀਤੀ ਇਸ ਵਕਤ ਮੈਂ ਇੱਕ ਕਾਉਂਸਲਰ ਵੀ ਹਾਂ ਮੈ ਗ੍ਰੋਗਰੀ ਹੈਵ ਸੈਂਟਰ 'ਚ ਕੰਮ ਕਰਦਾ ਆ ਉੱਥੇ ਮੈਂ ਡਰੱਗ ਐਡਿਕਟ ਪੇਸ਼ੈਂਟਸ ਦੀ ਕਾਉਂਸਲਿੰਗ ਕਰਦਾ ਆ ਉਹਨਾਂ ਨੂੰ ਐਕਸਰਸਾਈਜ਼ ਕਰਵਾਉਂਦਾ ਆ ਉਹਨਾਂ ਦੀ ਫੈਮਿਲੀ ਦੀ ਕਾਉਂਸਲਿੰਗ ਕਰਦਾ ਆ ਉਹਨਾਂ ਨੂੰ ਡਾਈਟ ਪਲਾਨਸ ਲਿਖ ਕੇ ਦਿੰਦਾ ਆ ਪੇਸ਼ੈਂਟਸ ਨੂੰ ਜ਼ਿੰਦਗੀ ਦੀਆਂ ਲੜਾਈਆਂ ਨਾ ਖੁਦ ਲੜਨੀਆਂ ਪੈਂਦੀਆਂ ਆ ਦੁਨੀਆ ਤਾਂ ਸਿਰਫ ਤਸੱਲੀਆਂ ਦਿੰਦੀ ਆ ਸੋ ਮੈਂ ਯੂਥ ਨੂੰ ਇਹੀ ਸਲਾਹ ਦੇਣਾ ਚਾਹੁੰਦਾ ਆ ਕਿ ਸ਼ਾਰਟਕਟ ਨਾ ਅਪਣਾਓ ਨਾ ਅਪਣਾਓ ਸ਼ਾਰਟਕਟ ਇਹ ਤਾਂ ਜ਼ਿੰਦਗੀ ਅੱਦਾਂ ਦੀ ਅਗਰ ਤੁਸੀਂ ਕਾਮਯਾਬ ਹੋਣਾ ਆ ਤੇ ਤੁਹਾਨੂੰ ਚੱਲਦੇ ਰਹਿਣਾ ਪੈਣਾ ਚੱਲਦੇ ਰਹਿਣਾ ਆ ਇੱਕ ਮੈਰਾਥਨ ਰੇਸਰ ਦੀ ਤਰ੍ਹਾਂ ਇੱਕ ਟੈਸਟ ਕ੍ਰਿਕਟ ਪਲੇਅਰ ਦੀ ਤਰ੍ਹਾਂ ਰੁਕਣਾ ਨਹੀਂ ਚੱਲਦੇ ਰਹਿਣਾ ਚੱਲਦੇ ਰਹਿਣਾ ਮੰਜ਼ਿਲ ਤੁਹਾਡੇ ਹੱਥਾਂ ਦੇ ਵਿੱਚ ਹੋਵੇਗੀ ਕਦੇ ਵੀ ਸ਼ਾਰਟਕਟ ਨਾ ਅਪਣਾਓ ਪਹਿਲਾਂ ਨੈਚੁਰਲ ਵੇ ਦੇ ਨਾਲ ਕਰੋ ਉਸ ਤੋਂ ਬਾਅਦ ਕਿਸੇ ਡਾਕਟਰ ਤੋਂ ਸਲਾਹ ਲਵੋ ਫਿਰ ਜਾ ਕੇ ਕੋਈ ਕੰਮ ਕਰੋ ਆਪਣੇ ਕੋਲ ਐਕਸਪੈਰੀਮੈਂਟ ਨਾ ਕਰੋ ਤੁਸੀਂ ਡਾਕਟਰ ਕੋ ਜਦੋਂ ਜਾਂਦੇ ਹੋ ਉਸ ਦੀ ਡਿਗਰੀ ਦੇਖਦੇ ਹੋ ਕੀ ਐਮਬੀਬੀਐਸ ਆ ਕੀ ਆ ਕੀ ਡਿਗਰੀ ਆ ਕੀ ਕੁਆਲਿਫਿਕੇਸ਼ਨ ਆ ਕਦੇ ਵੀ ਤੁਸੀਂ ਕਿਸੇ ਟ੍ਰੇਨਰ ਦੀ ਡਿਗਰੀ ਪੁੱਛਣ ਦੀ ਕੋਸ਼ਿਸ਼ ਕੀਤੀ ਉਹਦੀ ਕੀ ਕੁਆਲਿਫਿਕੇਸ਼ਨ ਆ ਜਦੋਂ ਆਪਾਂ ਹਸਪੀਟਲ ਜਾਂਦੇ ਤਾਂ ਡਾਕਟਰਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਆ ਕਿ ਆ ਆ ਇੰਨਾ ਪੜਿਆ ਆ ਇਹਦੀ ਇੰਨੀ ਕੁਆਲਿਫਿਕੇਸ਼ਨ ਆ ਪਰ ਜਿੰਮਾ ਦੇ ਵਿੱਚ ਟ੍ਰੇਨਰ ਦੀ ਕੋਈ ਫੋਟੋ ਨਹੀਂ ਕੋਈ ਕੁਆਲਿਫਿਕੇਸ਼ਨ ਨਹੀਂ ਬਿਜ਼ਨਸ ਬਣਿਆ ਹੋਇਆ ਆ ਇਸ ਫੇਕ ਫੇਕਨਸ ਤੋਂ ਬਚੋ ਤੁਹਾਡਾ ਕੋਈ ਵੀ ਡ੍ਰੀਮ ਆ ਕੋਈ ਵੀ ਸੁਪਨਾ ਆ ਆਰਾਮ ਦੇ ਨਾਲ ਚੱਲਦੇ ਜਾਓ ਫਿਰ ਜਾ ਕੇ ਤੁਸੀਂ ਗਰੋ ਕਰੋਗੇ ਇਹ ਝੂਠੀ ਦੁਨੀਆ ਤੋਂ ਬਚੋ ਸੋਸ਼ਲ ਮੀਡੀਆ ਤੋਂ ਬਚੋ ਆਪਣੇ ਤੇ ਫੋਕਸ ਕਰੋ ਸਮਝਦਾਰੀ ਦੇ ਨਾਲ ਕੰਮ ਕਰੋ ਗੋਡ ਬlesਸ ਯੂ ਆਲ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ